हैलो यूट्यूब, किवें हो? सत श्री अकाल जी सारयां नूं। आना दुआ करदे आ कि सारे राजी खुशी होंगे। तो अज वाला व्लॉग है जी, आप खेत दे विच इस टाइम दसण दी लोड़ नहीं। झोना आपां कल वढ लिया कुछ 8 किले रहिंदे वढण वाले अपने, तो वह हजे 2 दिनां नूं हरा वढांगे लेट। ठीक है, डैडी जी हुणी झोना लैके गए हुए आ, तो अज मेरी ड्यूटी आ कणक बजाउण ते 6 किले अपना वाहण ਸੀਗਾ, ਆਪਾਂ ਵਿਹਲਾ ਹੋ ਗਿਆ ਸੀਗਾ। ਮੈਨੂੰ ਇਹ ਸੀਗਾ ਚੱਲ ਯਾਰ ਅੱਜ ਐਤਕੀ ਥੋੜ੍ਹਾ ਆਪਾਂ ਚੇਂਜ ਕੀਤਾ ਕੰਮ ਨੂੰ। ਐਤਕੀ ਆਪਾਂ ਕਣਕ ਜਿਹੜੀ ਬੀਜ ਰਹੇ ਹਾਂ, ਕਣਕ ਆ ਗਈ, ਆਪਾਂ ਰੋਟਾ ਵੀਟਰ ਨਾਲ ਬੀਜ ਰਹੇ ਹਾਂ। ਅੱਗੇ ਅਸੀਂ 0 ਡਰਿੱਲ ਦੇ ਨਾਲ ਕਣਕ ਬੀਜ ਦੇਈਦੀ ਸੀਗੀ, ਅਤੇ ਉਹਦੇ ਨਾਲ ਛੇਤੀ ਹੁੰਦੀ ਸੀ, ਬਟ ਉਹਦੇ ਨਾਲ ਝਾੜ 'ਤੇ ਅਸਰ ਪੈਂਦਾ ਸੀਗਾ। ਥੋੜ੍ਹਾ ਰੇਤਲਾ ਵਾਹਣ ਆ, ਰੇਤਲੇ ਵਾਹਣ ਦੇ ਵਿੱਚ 0 ਡਰਿੱਲ ਜ਼ਿਆਦਾ ਕਾਮਯਾਬ ਤੁਹਾਨੂੰ ਪਤਾ ਨਹੀਂ ਹੁੰਦੀ ਹੈਗੀ, ਹੈ ਨਾ। ਇਸ ਕਰਕੇ ਐਤਕੀ ਖੁਰਲੀ ਆ, ਰੋਟਾ ਵੀਟਰ ਆ ਜੀ, ਬੀ ਵੀ ਆਪਣੇ ਆਪ ਹੀ ਖਿਲਾਰ ਦੇਣਾ ਉਹਨੇ ਸਾਰਾ। ਅਤੇ ਬਸ ਅੱਜ ਪਰਮਾਤਮਾ ਸੁੱਖ ਰੱਖੇ 6 ਕਿੱਲੇ ਦੇ ਬੀਜ ਦੇਣੇ ਆ। ਠੀਕ ਆ, ਉਦੋਂ ਬਾਅਦ ਮੈਰਿਜ ਆਉਂਦੀ ਆ, ਫਿਰ ਮੈਰਿਜ ਵਿੱਚ ਬਿਜ਼ੀ ਹੋ ਜਾਣਾ। ਮੈਨੂੰ ਐਵੇਂ ਜਿੰਨਾ ਕੁ ਕੰਮ ਹੁੰਦਾ ਉਹ ਫਾਈਨਲ ਕਰ ਦਈਏ ਯਾਰ, ਹੈ ਨਾ। ਗਾਂਹ ਮੌਸਮ ਵੀ ਕਹਿੰਦੇ ਖਰਾਬ ਹੋਣਾ ਥੋੜ੍ਹੇ ਦਿਨਾਂ ਤੱਕ, ਉਦੋਂ ਪਹਿਲਾਂ ਕਣਕ ਚੱਲ ਪੁੰਘ ਰਹੇ ਆਵੇ ਤਾਂ ਬਾਲੀ ਵਧੀਆ ਗੱਲ ਹੈਗੀ ਆ, ਹੈ ਨਾ। ਅਤੇ ਚਲੋ ਆਪਾਂ ਹੁਣ ਆਉਂਦਾ 5-4 ਮਿੰਟ ਦੇ ਵਿੱਚ ਬਾਈ ਡੀਕ ਰਹੇ ਹਾਂ ਆਪਾਂ ਟਰੈਕਟਰ ਲੈ ਕੇ, ਅਤੇ ਉਦੋਂ ਬਾਅਦ ਆਪਾਂ ਲੱਗਦੇ ਹਾਂ ਬੀਜਣ। ਠੀਕ ਹੈ ਜੀ। ਹਾਂਜੀ, ਲਓ ਵੀ ਟਰੈਕਟਰ ਆ ਗਿਆ ਆਪਣਾ, ਅਤੇ ਹੋ ਗਈ ਆ ਤਿਆਰੀ। ਅਤੇ ਹੋਇਆ ਕੀ ਆ, ਕਰਾਸ ਘਰੇ ਭੁੱਲ ਗਏ, ਬਾਈ ਲੈਣ ਗਿਆ ਹੋਇਆ। ਹੁਣ ਤੁਸੀਂ ਸੋਚੋਗੇ ਕਿ ਯਾਰ ਕੱਲ੍ਹ ਵਾਲੀ ਵੀਡੀਓ ਵਿੱਚ ਵੀ ਛਤਰੀ ਪਾਟੀ ਹੋਈ ਸੀ ਟਰੈਕਟਰ ਦੀ ਇੱਕ ਦੀ, ਅੱਜ ਵਾਲੇ ਦੀ ਵੀ ਪਾਟੀ ਹੋਈ ਆ। ਉਹ ਬਾਈ ਇੱਦਾਂ ਨਹੀਂ ਹੁੰਦਾ ਕਿ ਛਤਰੀਆਂ ਸੰਗ ਨਵੀਆਂ ਲਵਾਈ ਦੀਆਂ ਹੁੰਦਾ। ਪਤਾ ਕੀ ਆ ਕਿ ਜਦੋਂ ਤੇ ਪੈੜੀ ਵਾਹੁਣੇ ਆ ਜਾਂ ਕਿਤੇ ਲੰਘਦੇ ਆ ਨਾ, ਉਹ ਦਰੱਖਤਾਂ ਦੇ ਵਿੱਚ ਆੜ ਕੇ ਫਟ ਜਾਂਦੀਆਂ ਨੇ, ਕਿਉਂਕਿ ਆਪਾਂ ਜਦੋਂ ਬਾਹਰ ਮੀਂਹ 'ਚ ਖੜਾ ਰਹਿੰਦਾ ਇਹ ਟਾਈਮ ਪਾ ਕੇ ਬੋਡੀਆਂ ਹੋ ਜਾਂਦੀਆਂ। ਉਦੋਂ ਬਾਅਦ 'ਚ ਇਹ ਜਦੋਂ ਕੋਈ ਚੀਜ਼ ਵਿੱਚ ਖਹਿੰਦੀ ਆ ਜਾਂ ਕੋਈ ਕੰਡਿਆਂ ਵਾਲੀ ਤਾਂ ਕੋਈ ਦਰਖਤ ਹੁੰਦਾ ਉਹ ਵੱਢ ਦਿੰਦਾ ਇਹਨੂੰ। ਠੀਕ ਆ, ਇੱਧਰ ਆਪਣਾ ਰੋਟਾਵੀਟਰ ਤਿਆਰ ਖੜਾ ਆਪਾਂ ਇਹਦੇ ਨਾਲ, ਇਹਦੇ ਵਿੱਚ ਇਹ ਆਪਣਾ ਸੌਖਾ ਹੋ ਜਾਣਾ। ਅੱਗੇ ਤਾਂ ਛਿੱਟੇ ਦੀ ਬੀਜਦੇ ਹੁੰਦੇ, ਛਿੱਟਾ ਮੂਹਰੇ ਦਿੰਦੇ ਆ, 0 ਡਰਿੱਲ ਦੀ ਬੀਜਦੇ ਸੀਗੇ। ਆਪਾਂ ਹੁਣ ਇਹਦੇ ਨਾਲ ਹੀ ਕਰਨਾ, ਇਹਦੇ ਵਿੱਚ ਇੱਕ 'ਚ ਡਾਈ ਪੈ ਜਾਣੀ ਆ, ਇੱਕ 'ਚ ਪੈ ਜਾਣਾ 20। ਛਿੱਟਾ ਦੇਣ ਦੀ ਲੋੜ ਨਹੀਂ, ਨਾ ਕੋਈ ਪੋਰ ਬੰਦ ਹੋਵੇ। ਠੀਕ ਆ, ਇਹ ਹੈਗਾ ਵਾ ਖੁਰਲੀ ਵਾਲਾ ਰੋਟਾਵੀਟਰ ਸ਼ਕਤੀ, ਹਾਂ ਸਰਸਵਤੀ ਵਾਲਿਆਂ ਦਾ ਜੀ, ਇਹ ਸਰਸਵਤੀ ਵਾਲਿਆਂ ਦਾ ਹੈਗਾ ਜੀ ਰੋਟਾਵੀਟਰ ਇਹ। ਇਹ ਕੀ ਇਹਦੇ ਨਾਲ ਦੇਖਦੇ ਹਾਂ ਕਿਵੇਂ ਰਿਜ਼ਲਟ ਆਉਂਦਾ, ਹੈ ਨਾ। 0 ਡਰਿੱਲ ਦੀ ਅੱਗੇ ਬੀਜਦੇ, 0 ਡਰਿੱਲ ਨਾਲ ਤਾਂ ਨਹੀਂ ਬਣਦੀ ਹੁੰਦੀ ਗੱਲ ਉਨੀ, ਅਤੇ ਐਤਕੀ ਇਹਦੇ ਨਾਲ ਬੀਜ ਕੇ ਦੇਖਣੀ ਆ ਕਿ ਕੀ ਬਣਦਾ। ਅਤੇ ਬਾਈ ਹੁਣ ਗਿਆ ਹੋਇਆ ਘਰੇ ਰੋਟਾਵੀਟਰ ਦੂਜਾ, ਸੋਰੀ ਕਰਾਸ ਚੱਕਣ, ਕਰਾਸ ਰਹਿ ਗਿਆ ਘਰੇ। ਠੀਕ ਆ, ਅਤੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਝੋਨੇ ਦੇ ਝਾੜ ਦੀ, ਅਤੇ ਜਿਹੜਾ ਆਹ ਆਪਾਂ ਖੇਤ ਵੱਢਿਆ ਸੀਗਾ 6 ਕਿੱਲਿਆਂ ਦਾ ਖੇਤ ਸੀਗਾ, ਜਿਹੜਾ ਇਹ ਵੱਢਿਆ ਸੀਗਾ ਇਹਦਾ ਝਾੜ ਦਾ ਤਕਰੀਬਨ ਝੋਨਾ ਵਧੀਆ ਨਿਕਲਿਆ, 60-60 ਹਜ਼ਾਰ ਦਾ ਤਕਰੀਬਨ ਨਿਕਲਿਆ ਝੋਨਾ ਇਹ। ਅਤੇ ਜਿਹੜਾ ਕੱਲ੍ਹ ਵੱਢਿਆ ਝੋਨਾ ਉਹ ਸਾਰਾ ਹੀ 60 ਮਣ ਮਸਾਂ, 65 ਮਣ ਮਸਾਂ ਹੋਊਗਾ, 65 ਕੁ ਮਣ, 65-70 ਦੇ ਵਿੱਚ ਮਸਾਂ ਹੋਊਗਾ ਝੋਨਾ ਦਾ ਝਾੜ। ਉਹ 70 ਵੀ ਹੋ ਸਕਦਾ, 65 ਤੋਂ ਉੱਪਰ ਹੋ ਸਕਦਾ, ਉਹ ਝਾੜ ਬਹੁਤ ਜ਼ਿਆਦਾ ਘੱਟ ਆ। ਠੀਕ ਆ, ਅਤੇ ਇਹ ਝਾੜ ਇਹਦਾ ਤਾਂ 80 ਮਣ ਦੇ ਵਾਂਗੂ ਤਕਰੀਬਨ ਕਰੀਬ ਹੀ ਇਹਦਾ ਤਾਂ ਗਿਆ ਹੋਊਗਾ ਝੋਨੇ ਦਾ ਝਾੜ ਇਸ ਵਾਲੇ ਖੇਤ ਦਾ। ਅਤੇ ਆਪਣੇ 8 ਕਿੱਲੇ ਹੋਰ ਰਹਿੰਦੇ ਆ ਵੱਢਣ ਵਾਲੇ, ਉਹ ਵੀ ਆਪਾਂ 1-2 ਦਿਨ ਦੇ ਵਿੱਚ ਵੱਢ ਦੇਣੇ ਆ। ਅੱਜ ਆਪਾਂ ਇਹ ਕਣਕ ਬੀਜ ਦੇਣੀ ਆ, ਅਤੇ ਉਦੋਂ ਬਾਅਦ ਦੇਖਦੇ ਹਾਂ ਕੱਲ੍ਹ ਨੂੰ ਮਸ਼ੀਨਾਂ ਨੂੰ ਪੁੱਛਦੇ ਹਾਂ ਜੇ ਟਾਈਮ ਹੋਇਆ ਤਾਂ, ਕੱਲ੍ਹ ਨੂੰ ਉਹ ਵੱਢ ਦੂਗਾ, ਹੈ ਨਾ। ਅਤੇ ਨਹੀਂ ਫਿਰ ਪਰਸੋਂ ਦਾ ਵੱਢ ਹੀ ਦੇਣੇ, ਕਿਉਂਕਿ 3 ਤਰੀਕ ਨੂੰ ਮੌਸਮ ਕਹੀ ਜਾਂਦੇ ਆ ਮੀਂਹ ਦੀ ਸੰਭਾਵਨਾ, ਅਤੇ ਫਿਰ ਉਹ ਡਰ ਲੱਗਦਾ ਯਾਰ, ਹੈ ਨਾ, ਕਿ ਜਿਹੜੇ ਬੁੱਕਲ ਦੇ ਵਿੱਚ ਦਾਣੇ ਆ ਜਾਣ ਯਾਰ ਉਹੀ ਆ, ਹੈ ਨਾ। ਝਾੜ ਤਾਂ ਅੱਗੇ ਘੱਟ ਆ ਕੁਦਰਤੀ ਕਰੋਪੀ ਤੋਂ, ਬਹੁਤ ਡਰ ਲੱਗਦਾ। ਸਾਡੇ ਨਾਲ ਬਹੁਤ ਵਾਰੀ ਹੋਈਆਂ, ਅਤੇ ਬਹੁਤ ਵਾਰੀ ਘਾਟੇ ਝੱਲੇ ਆ। ਇੱਕ ਵਾਰ ਸਾਡੀ 28 ਕਿੱਲੇ ਕਣਕ ਸੀਗੀ ਬਾਈ, ਅਤੇ ਬਿਲਕੁਲ ਵੱਢਣ ਵਾਲੀ ਸੀਗੀ, ਉਸ ਵਾਰ ਗੜੇ ਇੰਨੇ ਕੁ ਜ਼ਿਆਦਾ ਪਏ, ਸਾਰੀ ਫਸਲ ਝੜ ਗਈ, ਅਤੇ ਇਕੱਲੇ ਬਸ ਇਕੱਲੇ ਫੁਲਕਾਂ ਹੀ ਖੜੀਆਂ ਰਹਿ ਗਈਆਂ ਉੱਥੇ। 28 ਕਿੱਲਿਆਂ ਦੇ 28 ਕਿੱਲੇ ਸਾਡੇ ਕਣਕ ਦੇ ਝੜ ਗਏ ਸੀਗੇ, ਅਤੇ ਯਕੀਨ ਨਹੀਂ ਕਰਨਾ ਗਾ, ਉਸ ਵਾਰ ਇੰਨਾ ਲੱਕ ਤੋੜਤਾ ਸੀ ਫਸਲ ਨੇ, ਅਤੇ ਬਹੁਤ ਔਖਾ ਹੋ ਗਿਆ ਸੀਗਾ। ਅਤੇ ਸਾਨੂੰ ਆਵਾਜ਼ ਦਾ ਐਂ ਨਹੀਂ ਹੈਗਾ, ਆਪਣੀ ਸਰਕਾਰ ਬਹੁਤ ਹੀ ਇੰਨੀ ਮਾੜੀ ਨਹੀਂ ਹੈਗੀ ਗੀ, ਆਪਣੀ ਸਰਕਾਰ ਨੇ ਮੁਆਵਜ਼ਾ ਵੀ ਦਿੱਤਾ ਸੀ ਸਾਨੂੰ। ਮੁਆਵਜ਼ਾ ਪਤਾ ਕਿਹਨੇ ਦਿੱਤਾ ਸੀ ਉਹਨਾਂ ਨੇ? ਉਹਨਾਂ ਨੇ ਦਿੱਤਾ ਸੀ ਕਿੱਲੇ ਦਾ 2000 ਰੁਪਈਆ, ਅਤੇ ਕਣਕ 35-35 ਹਜ਼ਾਰ ਦੀ ਖਰਾਬ ਹੋਈ ਸੀ, 2-2 ਹਜ਼ਾਰ ਦਾ ਲੋਲੀਪੋਪ ਦਿੱਤਾ। ਇਹ ਆ ਮੇਰਾ ਭਾਰਤ ਦੇਸ਼ ਮਹਾਨ, ਠੀਕ ਆ, ਜਿਹਨੂੰ ਮੈਂ ਛੱਡ ਕੇ ਕਦੇ ਨਹੀਂ ਜਾਂਦਾ। ਇੱਥੇ ਤਾਂ ਇੱਥੇ ਵਿੱਚ ਆ ਖੇਤਾਂ 'ਚ ਰਹਿੰਦੇ ਹਾਂ, ਕਿਉਂਕਿ ਇੰਨੀਆਂ ਫੈਸਿਲਿਟੀਜ਼ ਕਿਤੇ ਮਿਲ ਨਹੀਂ ਸਕਦੀਆਂ, ਬਾਹਰਲੀਆਂ ਕੰਟਰੀਆਂ ਆਪਣੀ ਰੀਸ ਕਿੱਥੋਂ ਕਰਨਗੀਆਂ, ਹੈ ਨਾ। ਚਲੋ ਜਿੱਦਾਂ ਵੀ ਆ, ਬਟ ਜੋ ਕੁਦਰਤ ਨੇ ਕੀਤਾ, ਕੁਛ ਕਰ ਨਹੀਂ ਸਕਦੇ ਸੀ ਉਦੋਂ, ਬੇਵੱਸ ਸੀਗੇ, ਹੈ ਨਾ।
ਉਦੋਂ ਜਾਂ ਮੈਂ ਜਾਣਦਾ ਜਾਂ ਮੇਰਾ ਬਾਪੂ ਜਾਣਦਾ ਸਾਡੇ 'ਤੇ ਕੀ ਬੀਤਦੀ ਸੀ ਦੋਨਾਂ 'ਤੇ, ਹੈ ਨਾ, ਕਿ ਜਦੋਂ ਫਸਲ ਖਰਾਬ ਹੋ ਗਈ ਸੀਗੀ ਅਤੇ ਕੁਛ ਨਹੀਂ ਬਣਦਾ ਪਛਤਾਇਆਂ ਤੋਂ, ਫਿਰ ਮਨ ਹੀ ਸਮਝਾਉਣਾ ਹੁੰਦਾ, ਮਨ ਸਮਝਾ ਲਿਆ ਸੀ ਆਪਣਾ, ਹੈ ਨਾ। ਅਤੇ 2-3 ਸਾਲ ਤਕਰੀਬਨ ਪੂਰੇ 2-3 ਸਾਲਾਂ ਬਾਅਦ, 3-4 ਸਾਲਾਂ ਬਾਅਦ ਜਾ ਕੇ ਕੰਮ ਸੈੱਟ ਹੋਇਆ ਸੀ, ਕਿਉਂਕਿ ਇੱਕ ਫਸਲ ਲੱਕ ਤੋੜ ਜਾਵੇ ਫਿਰ ਸੈੱਟ ਨਹੀਂ ਹੁੰਦਾ ਨਾ ਕੰਮ ਜ਼ਿਮੀਂਦਾਰਾਂ ਦਾ, ਹੈ ਨਾ, ਕਿਉਂਕਿ 6 ਮਹੀਨੇ ਬਾਅਦ ਆਪਾਂ ਨੂੰ ਇਹੀ ਆਉਣੇ ਹੁੰਦੇ ਆ। ਠੀਕ ਆ, ਚਲੋ ਫਿਰ ਜ਼ਿਆਦਾ ਆਪਾਂ ਥੋੜ੍ਹਾ ਟਾਈਮ ਨਹੀਂ ਖਰਾਬ ਕਰਨਾ, ਆਪਾਂ ਇਹਨੂੰ ਕਰਦੇ ਹਾਂ ਅਸੀਂ ਪਾਲ ਗਏ, ਇਹਦੇ ਵਿੱਚ ਡਾਈ ਵਗੈਰਾ ਵਿੱਚ ਪਾਲ ਗਏ। ਠੀਕ ਆ, ਜਦ ਤੱਕ ਬਾਈ ਕਰਾਸ ਲੈ ਕੇ ਆਉਂਦਾ, ਠੀਕ ਆ, ਹੁਣ ਪਿੱਛੇ ਵੀ ਆ ਦਿਖਾਉਣ ਨੂੰ ਜੀ ਨਹੀਂ ਕਰਦਾ ਕਿਉਂਕਿ ਪਿੱਛੇ ਲੈਣਾ ਨੂੰ ਅੱਗ ਲੱਗੀ ਹੋਈ ਆ, ਹੈ ਨਾ, ਸਰਕਾਰ ਕਹਿੰਦੀ ਅੱਗ ਲਾਉਣੀ ਨਹੀਂ, ਅਤੇ ਉਹ ਵੀ ਮਜਬੂਰੀ ਮਾਰੇ ਆ, ਉਹ ਵੀ ਉਵੇਂ ਨਹੀਂ ਰੀਪਰ ਮਾਰ ਕੇ ਨਹੀਂ ਅੱਗ ਲਾਈ, ਕਿਉਂਕਿ ਜੋ ਰੀਪਰ ਮਾਰਦੇ ਹਾਂ ਆਪਾਂ ਰੀਪਰ ਦੇ ਨਾਲ ਧੂੰਆਂ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਜਿਹੜਾ ਜਿਹੜਾ ਪਰਾਲ ਖੜ੍ਹਾ ਰਹਿ ਗਿਆ ਹੁਣ ਵਿੱਚ, ਇਹੀ ਧੂੰਆਂ ਜ਼ਿਆਦਾ ਬਣਾਉਂਦਾ, ਜਿਹੜਾ ਉੱਪਰਲਾ ਖੋਰ ਹੁੰਦਾ ਉਹਦਾ ਧੂੰਆਂ ਨਹੀਂ ਹੁੰਦਾ ਗਾ। ਆਪਾਂ ਸਿਰਫ ਉੱਪਰਲਾ ਉੱਪਰਲਾ ਹੀ ਮਚਾਇਆ, ਕਿਉਂਕਿ ਉਹ ਵਿੱਚ ਨਹੀਂ ਵਾਹਿਆ ਜਾਂਦਾ, ਉਹਦਾ ਕੋਈ ਹੱਲ ਨਹੀਂ ਹੈਗਾ ਗਾ, ਉਹ ਵਿੱਚ ਵਾਹਿਆ ਨਹੀਂ ਜਾਂਦਾ, ਰੋਟਾਵੀਟਰ ਵੀ ਨਹੀਂ ਵਾਹੁੰਦਾ, ਕੁਛ ਵੀ ਨਹੀਂ। ਹੈਪੀ ਸੁਪਰ ਸੀਡਰ ਵੀ ਆ ਗਿਆ, ਸੁਪਰ ਸੀਡਰ ਵੀ ਉਹ ਚੀਜ਼ ਨੂੰ ਥੋੜ੍ਹਾ ਜਿਹਾ, ਉਹ ਤੋਂ ਵੀ ਉਹ ਗੱਲ ਨਹੀਂ ਬਣਦੀ ਗੀ, ਅਤੇ ਉਹ ਵੀ ਕਹਿੰਦੇ ਲੈਣਾ ਮਚਾ ਦਿਓ। ਪਹਿਲਾਂ ਲੈਣਾ ਮਚਾਈਆਂ ਜਾਂਦੀਆਂ ਸੀਗੀਆਂ, ਪਰ ਹੁਣ ਜੋ ਰੀਪਰ ਮਾਰ ਲਾ ਗਏ, ਰੀਪਰ ਦੇ ਨਾਲ ਧੂੰਆਂ ਜ਼ਿਆਦਾ ਹੋਣ ਲੱਗ ਗਿਆ। ਹੁਣ ਆ ਬਹੁਤ ਵਿੱਚ ਕਰਚੇ ਖੜ੍ਹੇ ਹੋਏ ਆ, ਇੱਧਰਲੀ ਸਾਈਡ ਦੇਖੋ, ਸਾਰੇ ਕਰਚੇ ਖੜ੍ਹੇ ਹੋਏ ਆ, ਇਕੱਲੀਆਂ ਲੈਣਾ ਮੱਚੀਆਂ ਹੋਈਆਂ ਇੱਥੇ, ਅਤੇ ਕਰਚੇ ਸਾਰੇ ਉਵੇਂ ਖੜ੍ਹੇ ਆ, ਕਰਚਿਆਂ ਨੂੰ ਅੱਗ ਨਹੀਂ ਲਾਈਗੀ। ਠੀਕ ਆ ਜੀ, ਚਲੋ ਆਪਾਂ ਬੀ ਪਾਲ ਗਏ ਅਤੇ ਡਾਈ ਪਾਲ ਗਏ। ਠੀਕ ਆ, ਆਪਾਂ ਵਿੱਚ ਡਾਈ ਡੁੱਲੀ ਜਿਹੜੀ ਹੋਈ ਆ ਚੁੱਕ ਕੇ ਰੱਖ ਦਿੰਦੇ ਹਾਂ। ਠੀਕ ਆ, ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਵਾਹਣ ਕਿਵੇਂ ਬਣਦਾ, ਕਿ ਹਾਂ ਪਹਿਲਾਂ ਸਾਡਾ ਪਹਿਲੀ ਵਾਰ ਤਜਰਬਾ ਮੇਰਾ ਇੱਦਾਂ ਕਣਕ ਬਿਜਾਉਣ ਦਾ। ਪਹਿਲਾਂ ਤਾਂ ਆਪ ਹੀ ਹਲ ਤਵੀਆਂ ਮਾਰ ਲਈਆਂ, ਹਲ ਮਾਰ ਲਏ, ਸੁਹਾਗਾ ਮਾਰ ਲਿਆ, ਪਤਾ ਨਹੀਂ ਕਿੰਨੀ ਕੁ ਵਾਰੀ ਪੈਲੀ ਵਾਹੁੰਦਾ ਸੀ, ਬਟ ਇਸ ਵਾਰ ਤੇਲ ਬਹੁਤ ਜ਼ਿਆਦਾ ਮਹਿੰਗਾ। ਇਸ ਵਾਰ ਬਾਈ ਨਾਲ ਮੈਂ ਕਿਸੇ ਨਾਲ ਗੱਲ ਕੀਤੀ ਆ ਕਿ ਸ਼ੋਰਟਕੱਟ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕੀਤੀ ਆ, ਕਿ 1600-1700 ਰੁਪਈਆ ਬਾਈ ਨੇ ਲੈਣਾ ਵਾ, ਕਿੱਲਾ ਬੀਜ ਕੇ ਦੇਊਗਾ ਆਪਾਂ ਨੂੰ। ਠੀਕ ਆ, ਇਹਨੂੰ ਇੱਕ ਵਾਰ 'ਚ ਹੀ ਰੋਟਾਵੀਟਰ ਨਾਲ ਹੀ ਬੀ ਖਿਲਾਰੀ ਜਾਊਗਾ, ਨਾਲ ਹੀ ਕਣਕ ਆਪਣਾ ਝੋਨਾ, ਮਤਲਬ ਕਿ ਸੋਰੀ ਕਣਕ ਫਾਈਨਲ ਨਾਲ ਹੀ ਹੁੰਦੀ ਜਾਊਗੀ। ਠੀਕ ਹੈ ਜੀ, ਚਲੋ ਆਪਾਂ ਬੀ ਪਾ ਲਈਏ, ਫਿਰ ਤੁਹਾਡੇ ਨੂੰ ਦਿਖਾਉਣੇ ਵਾਹਣ ਕਿੱਦਾਂ ਵਧੀਆ ਗੱਲ ਬਣਦੀ ਆ, ਕਿ ਕਿੰਨਾ ਪਰਾਲ ਤੁਹਾਨੂੰ ਦਿਖਦਾ ਉਹ ਪਿੱਛੇ ਖੜ੍ਹਾ ਹੋਇਆ ਪਿੱਛੇ, ਜਾਂ ਕਿੱਦਾਂ ਵਾਹੁੰਦਾ ਕਿੱਦਾਂ ਨਹੀਂ ਵਾਹੁੰਦਾ। ਮੈਨੂੰ ਵੀ ਇੱਦਾਂ ਹੀ ਇੱਕ ਪਤਾ ਨਹੀਂ ਕਿੱਦਾਂ ਕਣਕ ਉੱਗਣੀ, ਕਿਵੇਂ ਸੋਹਣਾ ਵਾਹਣ ਬਣੂਗਾ ਕਿ ਨਹੀਂ ਬਣੂਗਾ, ਹੈ ਨਾ। ਚਲੋ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਸਾਰੇ ਜਣੇ ਜੁੜੇ ਰਹੋ, ਆਪਾਂ ਬੀ ਪਾ ਲਾਂਗੇ। ਦੇਖੋ ਇੰਨੀ ਡੂੰਘੀ ਲੱਗ ਰਹੀ ਆ, ਬਣ ਗਈ ਗੱਲ ਪੂਰੀ। ਵੀ ਪੰਚਾਇਤੇ ਆਪਣੇ ਤਕਰੀਬਨ ਲੈ ਵੀ ਪੰਚਾਇਤੇ ਆਪਣੇ 4 ਕਿੱਲੇ ਬੀਜੇ ਗਏ ਆ, 2 ਕਿੱਲੇ ਹਾਲੇ ਪਲਾਟ 'ਚ ਆ, ਸਵੇਰ ਦੇ ਅਸੀਂ ਤੁਰੇ ਫਿਰਦੇ ਆ ਦੇਖੋ ਪਿੱਛੇ, ਕਿਉਂਕਿ ਪਿੱਛੇ ਬੀ ਬੂ ਦੀ ਨਿਗਾਹ ਰੱਖਣੀ ਪੈਂਦੀ ਆ, ਅਤੇ ਸਵੇਰ ਦਾ ਅਸੀਂ ਤੁਰਿਆ ਫਿਰਦਾ ਨਾਲ ਹੀ। ਤੁਹਾਡਾ ਜਸ ਸਿੱਧੂ ਕਣਕ 'ਚ ਬਿਜ਼ੀ ਆ, ਐਨਕਾਂ ਤਾਂ ਲਾਈਆਂ, ਇਹਨੂੰ ਪ੍ਰਭਾਵ ਨਾ ਸਮਝੋ ਕਿ ਬਾਈ ਪ੍ਰਭਾਵ ਪਾਈ ਜਾਂਦਾ, ਸ਼ਾਇਦ ਇਹ ਸਵਾਹ ਉੱਡ ਕੇ ਅੱਖਾਂ 'ਚ ਪੈਂਦੀ ਆ ਬਹੁਤ ਜ਼ਿਆਦਾ, ਤਾਂ ਕਰਕੇ ਐਨਕਾਂ ਲਾਈਆਂ ਹੋਈਆਂ। ਬਸ ਲੈ ਲਿਆ ਕੰਮ, ਇੱਕ ਖੇਤ ਆਪਾਂ ਅੱਜ ਫਿਨਿਸ਼ ਕਰ ਦੇਣਾ, ਠੀਕ ਆ, ਦੂਜੇ 'ਚ ਹਜੇ ਆਪਣਾ ਝੋਨਾ ਖੜ੍ਹਾ, ਉਹ ਕੱਲ੍ਹ ਨੂੰ ਜਾਂ ਪਰਸੋਂ ਵੱਢ ਕੇ ਨਾਲ ਦੀ ਨਾਲ ਨਿਬੇੜ ਦੇਣਾ ਕੰਮ, ਠੀਕ ਆ, ਅਤੇ ਜਲਦੀ ਵਿਹਲੇ ਹੋ ਜਾਣਾ, ਇਹਦੀ ਅੱਗੇ ਤਾਂ ਬਹੁਤ ਦਿਨ ਲੱਗ ਜਾਂਦੇ ਕਣਕ ਬੀਜਣ 'ਤੇ। ਐਂ ਕਿ ਤਰੀਕਾ ਥੋੜ੍ਹਾ ਸ਼ੋਰਟਕੱਟ ਆਪਾਂ ਵਰਤਿਆ ਹੋਇਆ ਆਹ ਵਾਲਾ,
ਆਪਾਂ ਇੱਕ ਖੇਤ ਅੱਜ ਫਿਨਿਸ਼ ਕਰ ਦਿੱਤਾ ਤੇ ਆਪਣੀ ਕਣਕ ਬੀਜੀ ਗਈ ਆ 6 ਕਿੱਲੇ ਆ ਪਿੱਛੇ ਤੁਸੀਂ ਦੇਖ ਲਿਓ ਮੂੰਹ ਵੀ ਕਾਲਾ ਹੋਇਆ ਪਿਆ ਹੱਥ ਵੀ ਕਾਲੇ ਆ ਤੇ ਪੈਰ ਤਾਂ ਤੁਹਾਨੂੰ ਦਿਖਾਉਣ ਵਾਲੇ ਹੀ ਨਹੀਂ ਹੈਗੇ ਵੀ ਕਿਹੋ ਜਿਹੇ ਹੋਏ ਪਏ ਆ ਠੀਕ ਆ ਆ ਦੇਖੋ ਪੈਰਾਂ ਦਾ ਹਾਲ ਕੋਈ ਨਹੀਂ ਬਾਈ ਐਂ ਆ ਕਿ ਜਦੋਂ ਮੈਂ ਕੰਮ 'ਚ ਹੁੰਦਾ ਮੈਨੂੰ ਬਹੁਤ ਜਾਣੇ ਆ ਕਮੈਂਟ ਕਰਦੇ ਹੁੰਦੇ ਬਾਈ ਯਾਰ ਲੱਗਦਾ ਨਹੀਂ ਤੂੰ ਖੇਤੀ ਕਰਦਾ ਬਟ ਮੇਰੀ ਆਦਤ ਹੁੰਦੀ ਮੈਂ ਉਹ ਵੀਡੀਓ ਤੁਹਾਡੇ ਨਾਲ ਕਦੇ ਸ਼ੇਅਰ ਨਹੀਂ ਕਰਦਾ ਗਾ ਜਦੋਂ ਮੈਂ ਖੇਤ ਹੁੰਦਾ ਜਾਂ ਮੈਂ ਖੱਪ ਖਪਾ ਦਾ ਕੰਮ ਕਰਦਾ ਹੁੰਦਾ ਮੈਂ ਤੁਹਾਡੇ ਨਾਲ ਸੱਚ ਜਾਣੇ ਕਦੇ ਵੀਡੀਓ ਸ਼ੇਅਰ ਨਹੀਂ ਕੀਤੀ ਹੈ ਮੈਂ ਤਾਹੀਓ ਬਣਾਈ ਹੋਈ ਆ ਕਿ ਤੁਸੀਂ ਸਾਰੇ ਜਣੇ ਪੁੱਛਦੇ ਆ ਬਾਈ ਯਾਰ ਖੇਤੀ ਕਰ ਲਈ ਨਾ ਤੂੰ ਲੱਗਦਾ ਨਹੀਂ ਗਾ ਇਹ ਮੈਂ ਇੱਦਾਂ ਹੀ ਮੇਰੀ ਸੋਚ ਥੋੜ੍ਹੀ ਜਿਹੀ ਹੈ ਕੰਮ ਦੇ ਟਾਈਮ ਕੰਮ ਟੋਪ ਦੇ ਟਾਈਮ ਟੋਰ ਹੈ ਨਾ ਕਿ ਚੱਤੋ ਪੈਰ ਨਹੀਂ ਹੁੰਦਾ ਗਾ ਕਿ ਆਪਾਂ ਰੁਲੇ ਰਹਿਣਾ ਠੀਕ ਆ ਹਾਂ ਕੰਮ ਕਰਦੇ ਹਾਂ ਠੀਕ ਆ ਅਤੇ ਆਪਾਂ ਜੇ ਦਿਨ ਰਾਤ ਉਹੀ ਮਿੱਟੀ 'ਚ ਮਿੱਟੀ 'ਚ ਹੋਈ ਰਹੇ ਉਹ ਵੀ ਗੱਲ ਚੰਗੀ ਨਹੀਂ ਹੈਗੀ ਹੈ ਨਾ ਠੀਕ ਆ ਬਾਈ ਲਵ ਯੂ ਆ ਜਿਹੜੇ ਫਸਟ ਟਾਈਮ ਦੇਖ ਰਹੇ ਆ ਅੱਜ ਵਾਲਾ ਵਲੋਗ ਦੱਸਿਓ ਸਭ ਤੋਂ ਵੱਖਰਾ ਜਿਹਾ ਦੇਸੀ ਹੈ ਸੀ ਬਟ ਮੈਂ ਇਕੱਲਾ ਮਨਪ੍ਰੀਤ ਹੈ ਨਹੀਂ ਗੀ ਮਨਪ੍ਰੀਤ ਘਰੇ ਆ ਵਿਚਾਰੀ ਕਾਲਾਂ ਕਰੀ ਜਾਂਦੀ ਜਸ ਪਾਣੀ ਗਰਮ ਹੋ ਗਿਆ ਆ ਕੇ ਨਹਾ ਲਓ ਅਤੇ ਜਸ ਦੇ ਹੱਥ ਉੱਤੇ ਕਾਲੇ ਹੋਏ ਪਏ ਸਵਾਹ ਉੱਡਦੀ ਸੀ ਆਹ ਐਨਕਾਂ ਲਾਈਆਂ ਸੀ ਅੱਖਾਂ 'ਚ ਪੈਂਦੀ ਆ ਸਵਾਹ ਹੈ ਨਾ ਅਤੇ ਰੋਟਾਵੀਟਰ ਵੱਜ ਗਿਆ 6 ਕਿੱਲੇ ਕੰਪਲੀਟ ਹੋ ਗਿਆ ਅਤੇ ਪਰਸੋਂ ਨੂੰ ਕਣਕ ਜਿਹੜੀ ਝੋਨਾ ਜਿਹੜਾ ਰਹਿ ਗਿਆ ਉਹ ਵੱਢ ਕੇ ਅਤੇ ਆਪਾਂ ਦੂਸਰਾ ਖੇਤ ਵੀ ਵੇਚ ਦਿੰਦੇ ਨਾ ਦੂਸਰਾ ਖੇਤ ਵੀ ਆਪਾਂ ਬੀਜ ਕੇ ਅਤੇ ਰੋਟਾਵੀਟਰ ਇਹਦੇ ਕੀ ਮਰਾਦਾ ਸ਼ਾਰਟਕੱਟ ਰਸਤਾ ਛੇਤੀ ਕੰਮ ਨਿਬੜ ਜੂਗਾ ਉਸ ਤੋਂ ਬਾਅਦ ਮੇਰੇ ਪ੍ਰੋਗਰਾਮ ਕਾਫੀ ਜਾਗੋ ਦੇ ਬੁੱਕ ਹੋਏ ਪਏ ਹੈ ਨਾ ਉਹ ਵੀ ਦੇਖਣੇ ਇੱਕ ਮੈਰਿਜ ਆਉਂਦੀ ਆ ਮੇਰੇ ਹਿਸਾਬ ਨਾਲ 5 ਤਰੀਕ ਦੀ ਕਿ 6 ਦੀ ਮੈਰਿਜ ਆ ਉੱਥੇ ਜਾਣਾ ਉਹ ਵਲੋਗ ਤੁਹਾਡੇ ਨਾਲ ਬਹੁਤ ਇੰਟਰਸਟਿੰਗ ਹੋਣਗੇ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ ਠੀਕ ਆ ਜਿਹੜੇ ਫਸਟ ਟਾਈਮ ਦੇਖ ਰਿਹਾ ਬਾਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਇੱਕ ਹੱਥ ਵੇਲ ਕੇ ਤੁਹਾਨੂੰ ਰਿਕੁਐਸਟ ਆ ਸਾਰਿਆਂ ਨੂੰ ਕਿ ਆਪਣਾ ਫੇਸਬੁੱਕ ਪੇਜ ਬਣਾਇਆ ਹੋਇਆ ਆਪਾਂ ਉਹ 'ਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਿੰਦੇ ਆਪਾਂ ਅਤੇ ਉਹਨੂੰ ਜ਼ਰੂਰ ਫੋਲੋ ਕਰਿਓ ਜਾ ਕੇ ਜਿਹੜੇ ਫੇਸਬੁੱਕ ਮੇਰੇ ਬਾਈ ਨੇ ਨਹੀਂ ਪੇਜ ਨੂੰ ਫੋਲੋ ਕੀਤਾ ਉਹ ਜ਼ਰੂਰ ਫੋਲੋ ਕਰਿਓ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ ਅਤੇ ਜ਼ਰੂਰ ਹੁਣੇ ਜਾਓ ਵੀਡੀਓ ਐਂਡ ਹੋਣ ਤੋਂ ਬਾਅਦ ਪਲੀਜ਼ ਤੁਸੀਂ ਜਾ ਕੇ ਪਲੀਜ਼ ਇੱਕ ਵਾਰੀ ਜ਼ਰੂਰ ਫੋਲੋ ਕਰਿਓ ਕਿਉਂਕਿ ਹੋ ਸਕਦਾ ਆਪਣੀ ਅਗਲੀਆਂ ਵੀਡੀਓ ਫੇਸਬੁੱਕ ਪੇਜ 'ਤੇ ਹੀ ਆਉਣ ਯੂਟਿਊਬ ਦੇ ਨਾ ਆਉਣ ਠੀਕ ਆ ਸਾਰੇ ਜਣੇ ਤਾਂ ਮੈਂ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਤੁਸੀਂ ਜ਼ਰੂਰ ਫੇਸਬੁੱਕ ਪੇਜ 'ਤੇ ਜੁੜਿਓ ਲਵ ਯੂ ਆ ਬਾਈ ਜਿਹੜੇ ਫਸਟ ਟਾਈਮ ਦੇਖ ਰਹੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਡੀ ਵੀਡੀਓ ਸਾਡੀ ਵੀਡੀਓ ਕਿਵੇਂ ਲੱਗਦੀ ਹੈ ਮੈਂ ਪਿਆ ਥੱਕਿਆ ਸਵੇਰ ਦਾ ਬੋਲਾ ਹੋਇਆ ਪਿਆ ਅੱਖਾਂ ਵਿੱਚ ਵੀ ਘੱਟਾ ਪਿਆ ਪਿਆ ਪਤਾ ਨਹੀਂ ਮੈਂ ਕੀ ਬੋਲੀ ਜਾਂਦਾ ਅਤੇ ਨੱਕ ਵੀ ਬੰਦ ਹੋਇਆ ਪਿਆ ਸਵਾਹ ਅੰਦਰ ਜਾ ਕੇ ਸਾਰਾ ਸਿਸਟਮ ਹੈਂਗ ਹੋਇਆ ਪਿਆ ਮੇਰਾ ਠੀਕ ਹੈ ਜੀ ਠੀਕ ਆ ਅੱਜ ਵਾਲੀ ਵੀਡੀਓ ਨੂੰ ਪਲੀਜ਼ ਦੱਬ ਕੇ ਲਾਈਕ ਕਰ ਦਿਓ ਤਾਂ ਜੋ ਹੋਰਾਂ ਤੱਕ ਵੀ ਸਭ ਇਹ ਵੀਡੀਓ ਪਹੁੰਚ ਸਕੇ ਓਕੇ ਬਾਈ ਲਵ ਯੂ ਆ ਮਿਲਦੇ ਹਾਂ ਅਗਲੇ ਵਲੋਗ 'ਚ ਸਤਿ ਸ਼੍ਰੀ ਅਕਾਲ।